छोटे लोग बड़े हो जाते हैं। रब ने मंडा नहीं ਤੁਹਾਡੇ ਇਲਾਕੇ ਕਈ ਉਸੇ ਜਿਨ੍ਹਾਂ ਨੂੰ ਤੁਸੀਂ ਕੱਲ ਤੱਕ ਸਲਾਮ ਨਾ ਲਿਖਦੇ ਅੱਜ ਉਸੇ ਕਿ ਤੁਸੀਂ ਉਹਨਾਂ ਦਾ ਸਲਾਮ ਲਵਣ ਨੂੰ ਤਰਸਦੇ ਹੋ ਇਹ ਮੇਰੇ ਰੱਬ ਦੀਆਂ ਤਕਸੀਮਾਂ ਨੇ ਸੁਭਾਨ ਅੱਲਾਹ ਇਹ ਰੱਬ ਇੱਜ਼ਤ ਜ਼ਿਲਤ ਉਸ ਮਾਲਕ ਦੇ ਹੱਥੇ ਚ ਜਿਨ ਚਾਵੇ ਇੱਜ਼ਤ ਦੇਵੇ ਜਿਨ ਚਾਵੇ ਜ਼ਿਲਤ ਦੇਵੇ ਇਹ ਮੇਰੇ ਰੱਬ ਦੀਆਂ ਵੱਡਾਂ ਨੇ ਇਹ ਨੂਰੁਦੀਨ ਸੰਗੀ ਦਾ ਗੁਲਾਮ ਤੇ ਗੁਲਾਮ ਦਾ ਬੇਟਾ ਹੈ ਸੁਭਾਨ ਅੱਲਾਹ ਇਹਦਾ ਬਾਪ ਨੌਕਰੀ ਕਰਦਾ ਹੈ ਹਜ਼ਰਤ ਨੂਰੁਦੀਨ ਸੰਗੀ ਬਾਦਸ਼ਾਹ ਦੇ ਦਰਬਾਰ ਚ ਸਲਾਹਉਦੀਨ ਅਯੂਬੀ ਬਾਦਸ਼ਾਹ ਨੂਰਉਦੀਨ ਸੰਗੀ ਰਜ਼ੀ ਅੱਲਾਹੁ ਤਾਲਾ ਅਨਹੁ ਗੁਲਾਮੇ ਰਸੂਲ ਦੇ ਦਰਬਾਰੇ ਪੜਦਾ ਰਿਹਾ ਨੂਰਉਦੀਨ ਸੰਗੀ ਦਾ ਜਦੋਂ ਆਖਰੀ ਵਕਤ ਆਇਆ ਉਸ ਨੂਰਉਦੀਨ ਸੰਗੀ ਨੇ ਆਪਣੇ ਗੁਲਾਮ ਨੂੰ ਬੁਲਾਇਆ ਪਰ ਮੈਂ ਤੂੰ ਹੀ ਆਣਾ ਤੇ ਤੇਰਾ ਬੇਟਾ ਸਲਾਹਉਦੀਨ ਵੀ ਆਣਾ ਹੈ ਮੈਂ ਦੁਨੀਆ ਤੋਂ ਜਾਣ ਲੱਗਾ ਤੇ ਜਦੋਂ ਮੈਂ ਦੁਨੀਆ ਤੋਂ ਟੁੱਟ ਜਾਵਾਂ ਤੇ ਮੇਰੇ ਘਰ ਵਾਲਿਆਂ ਦੀ ਖਿਦਮਤ ਕਰਦੇ ਰਹੇ ਉਹਨਾਂ ਦੇ ਨਾਲ ਮੁਹੱਬਤਾਂ ਕਰਦੇ ਰਹੇ ਨੂਰਉਦੀਨ ਸੰਗੀ ਟੁੱਟ ਗਿਆ ਇਹ ਮੇਰੀ ਗੱਲ ਸਮਝਣੀ ਹੈ ਤੇ ਫਿਰ ਸੁਭਾਨ ਅੱਲਾਹ ਖੜੀ ਹੈ ਨੂਰਉਦੀਨ ਟੁੱਟ ਗਿਆ ਤੇ ਉਹਦਾ ਇੱਕੋ ਬੇਟਾ ਹੈ ਦੌਲਤ ਦੇ ਨਸ਼ੇ ਵਿੱਚ ਔਰ ਭੁੱਲ ਗਿਆ ਕਿ ਮੇਰਾ ਬਾਪ ਨੇ ਦੀਨ ਦਾ ਕਿਤਨਾ ਕੰਮ ਕੀਤਾ ਹੈ ਕਿਤਨੀ ਵਾਰੀ ਹੁਸੈਨ ਦੇ ਨਾਂ ਦੀ ਗਾਲ ਕਰਦਾ ਸ਼ਰਾਬ ਜ਼ਨਾ ਜੂਆ ਦੁਨੀਆ ਦਾ ਹਰ ਗੰਦਾ ਕੰਮ ਉਸ ਕਰਨਾ ਸ਼ੁਰੂ ਕਰ ਦਿੱਤਾ ਨੂਰਉਦੀਨ ਜ਼ੰਗੀ ਦੀ ਬੀਵੀ ਰੋਂਦੀ ਗਈ ਤੇ ਰੋ ਰੋ ਕੇ ਕਹਿੰਦੀ ਹੈ ਨੂਰਉਦੀਨ ਜ਼ੰਗੀ ਤੂੰ ਟੁੱਟ ਗਿਓ ਪੁੱਤਾਂ ਨੂੰ ਛੱਡ ਕੇ ਕਿਉਂ ਜਿਸ ਨੇ ਦੁਨੀਆ ਦੀ ਹਰ ਗੰਦਾ ਕੰਮ ਆਪਣੇ ਇੱਥੇ ਲਿਆ ਲੇਕਿਨ ਜਿਹੜੀ ਧੀ ਆਈ ਨਾ ਹੁੰਦੀ ਉਹ ਧੀ ਆਸ਼ਕੇ ਰਸੂਲ ਹੈ ਨਾ ਉਹਦਾ ਮਹਿਰੂਨ ਨਿਸਾਈ ਫਿਰਾ ਸ਼ਰਾਬ ਖਾਨੇ ਚ ਨਹੀਂ ਉੱਠਦਾ ਫਿਰ ਸਜਦੇ ਚ ਨਹੀਂ ਉੱਠਦੀ ਫਿਰਾ ਸ਼ਰਾਬ ਖਾਨੇ ਚ ਨਹੀਂ ਉੱਠਦਾ ਬਾਬਾ ਜੀ ਫਿਰ ਸਜਦੇ ਚ ਨਹੀਂ ਉੱਠਦੀ ਕਾਲੀ ਸਾਹਿਬ ਗੱਲ ਸੁਣਿਆ ਇੱਕ ਦਿਨ ਜੋ ਹੈ ਕਿ ਨੂਰਉਦੀਨ ਜ਼ੰਗੀ ਦੀ ਬੀਵੀ ਮੁਸੱਲੇ ਉੱਤੇ ਸੈ ਗਏ ਖਾਬ ਖਾਬ ਹੈ ਨੂਰਉਦੀਨ ਜ਼ੰਗੀ ਖਾਬ ਹੈ ਮਿਲਿਆ ਉਹ ਸਾਕਾ ਤੂੰ ਆਪਣੇ ਪੁੱਤਰ ਨੂੰ ਰੋਂਦੀ ਹੈ ਜਿਹੜਾ ਮੇਰਾ ਪੁੱਤਰ ਗੁਲਾਮ ਦਾ ਪੁੱਤਰ ਹੈ ਸਲਾਹਉਦੀਨ ਉਹ ਵੀ ਤੇ ਮੇਰਾ ਹੀ ਪੁੱਤਰ ਹੈ ਉਹ ਵੀ ਤੇ ਮੇਰੇ ਗੁਲਾਮ ਦਾ ਬੇਟਾ ਮੈਨੂੰ ਪੁੱਤਰ ਸਮਝਿਆ ਉਹਨ ਸਭ ਤੇ ਮੇਰੀ ਮਹਿਰੂਨ ਨਿਸਾਦ ਉਹਦੇ ਨਾਲ ਨਿਕਾਹ ਕਰਵਾ ਉਸ ਅੱਛਾ ਠੀਕ ਹੈ ਰਾਤ ਗੁਜ਼ਰੀ ਸੁਬਹ ਉਸ ਖਾਤਾ ਲਿਖਿਆ ਸਲਾਹਉਦੀਨ ਨੂੰ ਵੀ ਸਲੇਬੀ ਜੰਗ ਉੱਤੇ ਗਿਆ ਹੈ ਕਾਲੀ ਸਾਹਿਬ ਸਮਝਿਆ ਖਾਸ ਆਖਣ ਲਗਾ ਸੀ ਸਲੇਬੀ ਜੰਗ ਤੇ ਖਾਦਾ ਪਹੁੰਚਿਆ ਮੁਝੇ ਦੋਰਾ ਕਰ ਤੁਸੀਂ ਲੜੋ ਮੈਂ ਆਪਣੀ ਆਕਾ ਜ਼ਾਦੀ ਦਾ ਹੁਕਮ ਸੁਣ ਕੇ ਆਵਾਂ ਮਹਾਦ ਦਰਬਾਰ ਦਸਤਕ ਦਿੱਤੀ ਤੇ ਨੂਰਉਦੀਨ ਜ਼ੰਗੀ ਦੀ ਬੀਵੀ ਦਾ ਹੁਕਮ ਹੈ ਕਿ ਇਹ ਚਿੰਬੂ ਨਾ ਖੋਲਣ ਮੈਂ ਖੁਦ ਜਾਸਾਂ ਦਰਵਾਜ਼ਾ ਖੋਲਿਆ ਸਲਾਹਉਦੀਨ ਅਯੂਬੀ ਨੇ ਹੱਥ ਜੋੜੇ ਕਿਹਾ ਕਿ ਤੂੰ ਸਮੇਂ ਆਕਾਜ਼ਾਦੀ ਬੁਲਾਇਆ ਬੁਲਾਇਆ ਅੱਲਾਹ ਅਕਬਰ ਹੁਕਮ ਗੁਲਾਮ ਦੀ ਜਾਨ ਹਾਜ਼ਰ ਹੈ ਮੈਂ ਸਲੇਬੀ ਜੰਗਾਂ ਮੈਂ ਸ਼ੁਰੂ ਕਰ ਸੋਸ ਤੂੰ ਸਭ ਬੁਲਾਇਆ ਤੇ ਮੈਂ ਆ ਗਿਆ ਨੂਰਉਦੀਨ ਜ਼ੰਗੀ ਦੀ ਬੀਵੀ ਕਹਿੰਦੀ ਹੈ ਬੇਟਾ ਅਗਰ ਆ ਕਦਮ ਬਾਅਦ ਵਿੱਚ ਰੱਖਣੇ ਪਹਿਲੇ ਮੇਰਾ ਵਾਅਦਾ ਕਰ ਮੇਰੀ ਬੇਟੀ ਮਹਿਰੂਮ ਨਿਸਾਨ ਨਿਕਾਹ ਕਰਸੇ ਉਸ ਕੇ ਮਹਿਰੂਮ ਨਿਸਾਨ ਮੈਂ ਨਿਕਾਹ ਕਰਨਾ ਹੈ ਕਦੀ ਰੇਸ਼ਮ ਵਿੱਚ ਵੀ ਟਾਟ ਲੱਗਾ ਜਿਹੜੇ ਪਹੁੰਚ ਗਏ ਠੀਕ ਪਹੁੰਚੇ ਜਿਹੜੇ ਨਹੀਂ ਪਹੁੰਚੇ ਉਹਨਾਂ ਦੀ ਆਪਣੀ ਤਕਸੀਮ ਹੈ ਨਾ ਮੈਂ ਉਹਨਾਂ ਕੀ ਆਖ ਸਕਦਾ ਕਦੀ ਰੇਸ਼ਮ ਵਿੱਚ ਟਾਟ ਲੱਗਾ ਉਸ ਕੇ ਕਦੀ ਨਹੀਂ ਲੱਗਾ ਉਸ ਕੇ ਮੋੜ ਲਾਵੇ ਕਿਉਂ ਲੱਗੀ ਹੈ ਉਸ ਕੇ ਜਦੋਂ ਰੱਬ ਲਾਵੇ ਮੋੜ ਲੈਣੇ ਪਾਉਂਦੇ ਨੇ ਉਸ ਕੇ ਅੱਛਾ ਠੀਕ ਹੈ ਉਸ ਕੇ ਅੰਦਰ ਅੰਦਰ ਆਇਆ ਉਸ ਕੇ ਅਗਲੀ ਗੱਲਾਂ ਬਾਅਦ ਵਿੱਚ ਭੈਣ ਮੇਰੀ ਬੇਟੀ ਨਾਲ ਨਿਕਾਹ ਕਰ ਮਹਿਰੂਨ ਨਿਸਾਨ ਨਾਲ ਨਿਕਾਹ ਹੋ ਗਿਆ ਤੇ ਦੋਵੇਂ ਬੀਵੀ ਦੀਆਂ ਬਿਸਤਰ ਉੱਤੇ ਬੈਠੇ ਸਲਾਹਉਦੀਨ ਦਾ ਉਹਨੂੰ ਬਲਾ ਸੁਣਾ ਸਲਾਹਉਦੀਨ ਕਹਿੰਦਾ ਮੇਰੀ ਬੀਵੀ ਮਹੀਨੇ ਪਤਾ ਜ਼ਿੰਦਗੀ ਐਡਾ ਵੱਡਾ ਹਾਦਸਾ ਵੇਖਣਾ ਕਰਨਾ ਕਿੱਥੇ ਬਾਦਸ਼ਾਹ ਦੀ ਬੇਟੀ ਸੁਭਾਨ ਅੱਲਾਹ ਕਰੀ ਸਾਹ ਸਮਝਿਆ ਕਿੱਥੇ ਗੁਲਾਮ ਦਾ ਬੇਟਾ ਤੇ ਇਹ ਇਤਨੀ ਬੜੀ ਤਕਸੀਮ ਹੋ ਗਈ ਹੈ ਤੇ ਮਹੀਨੇ ਪਤਾ ਯਕਦਮ ਨਿਕਾਹ ਹੋ ਜਾਣਾ ਨਹੀਂ ਨਹੀਂ ਪਤਾ ਵਰਨਾ ਮੈਂ ਤੇਰੇ ਵਾਸਤੇ ਕੋਈ ਤੋਹਫਾ ਲੈ ਕੇ ਆਉਂਦਾ ਹੁਣ ਹੁਕਮ ਕਰ ਤੇਰੇ ਵਾਸਤੇ ਕੀ ਤੋਹਫਾ ਦੇਵਾਂ ਉਸ ਅਗੇ ਦੀ ਤੋਹਫਾ ਇੱਕੋ ਹੀ ਹੈ ਉਹ ਸਾਹਮਣੇ ਕਮਰਾ ਹੈ ਉਸ ਕਮਰੇ ਨੂੰ ਤਾਲਾ ਲੱਗਾ ਹੋਇਆ ਹੈ ਕਮਰੇ ਨੂੰ ਤਾਲਾ ਲੱਗਾ ਹੈ ਉਸ ਕਮਰੇ ਦੇ ਵਿੱਚ ਇੱਕ ਐਸੀ ਚੀਜ਼ ਹੈ ਜਿਹਨੂੰ ਵੇਖ ਵੇਖ ਕੇ ਮੇਰਾ ਬਾਪ ਰੋਂਦਾ ਮੇਰਾ ਸ਼ੌਹਰ ਰੋਂਦਾ ਹੈ ਨੂਰਉਦੀਨ ਮੇਰੇ ਸ਼ੌਹਰ ਦੇ ਆਂਸੂ ਨਾਲ ਰੁਕਦੇ ਨੇ ਉਸ ਕਮਰੇ ਚ ਤੇ ਉਸ ਕਮਰੇ ਦੇ ਵਿੱਚ ਜਿਹੜੀ ਚੀਜ਼ ਪਈ ਹੈ ਉਹਨੂੰ ਦੀ ਅਸਲ ਜਗ੍ਹਾ ਤੇ ਪਹੁੰਚਾ ਮੇਰਾ ਤੋਹਫਾ ਹੀ ਹੋਈ ਹੈ ਸੁਭਾਨ ਅੱਲਾਹ ਮੇਰਾ ਹੱਕ ਮਹਿਰ ਵੀ ਹੋਈ ਹੈ ਸਲਾਹਉਦੀਨ ਨੂੰ ਵੀ ਉੱਠਣ ਲੱਗਾ ਤੇ ਨੂਰਉਦੀਨ ਸੰਗੀ ਦੀ ਬੇਟੀ ਨੇ ਮਹਿਰੂਨ ਨਿਸਾਨ ਨੂੰ ਹੱਥ ਪਕੜ ਸਕਿਆ ਉਹ ਠਹਿਰ ਠਹਿਰ ਇੰਨੀ ਜਲਦੀ ਨਾ ਕਰ ਤੇਰੇ ਕੋਲ ਜਲਦੀ ਹੈ ਆਪਣੇ ਘੋੜਿਆਂ ਦੀ ਤਾਕਤ ਚੈੱਕ ਕਰ ਲੈ ਮੋੜ ਆਪਣੇ ਬਾਜ਼ੂਆਂ ਦੀ ਵੀ ਤਾਕਤ ਚੈੱਕ ਕਰ ਲੈ ਇਹ ਚੀਜ਼ ਕਿਸੇ ਖਾਸ ਜਗ੍ਹਾ ਤੇ ਰੱਖਣੀ ਤੇਰੀ ਤਾਕਤ ਵੀ ਪੂਰੀ ਹੋਣੀ ਚਾਹੀਦੀ ਹੈ ਤੇਰੇ ਘੋੜਿਆਂ ਦੀ ਰਫ਼ਤਾਰ ਵੀ ਤੇਜ਼ ਹੋਣੀ ਚਾਹੀਦੀ ਹੈ ਸਲਾਹਉਦੀਨ ਨੂੰ ਵੀ ਦੇਖੋ ਮੇਰਾ ਹੱਥ ਛੱਡ ਮੈਨੂੰ ਪਤਾ ਮੇਰੇ ਘੋੜੇ ਕਿਤਨਾ ਦੌੜਦੇ ਮੈਨੂੰ ਪਤਾ ਮੇਰੇ ਘੋੜੇ ਕਿਤਨਾ ਦੌੜਦੇ ਨੇ ਉਹ ਜਗ੍ਹਾ ਮੈਨੂੰ ਪਤਾ ਮੇਰੇ ਬਾਜ਼ੂ ਇੰਨੀ ਤਾਕਤ ਕਿਤਨੀ ਹੈ
ਸਲਾਹਉਦੀਨ ਨੇ ਜੁਬੀ ਦੀ ਬੀਬੀ ਨੇ ਕਿਹਾ ਫਿਰ ਚਾ ਜਾ ਕੇ ਤਾਲਾ ਖੋਲਿਆ ਤੇ ਅੱਗੂ ਵੇਖਿਆ ਤੇ ਰਸੂਲ ਦਾ ਮਿੰਬਰ ਸੁਭਾਨ ਅੱਲਾਹ ਯਾ ਸੁਭਾਨ ਅੱਲਾਹ ਰਸੂਲ ਖੁਦਾ ਦਾ ਮਿੰਬਰ ਇਹੋ ਜਿਹੇ ਗੱਲਾਂ ਘੱਟ ਹੁੰਦੀਆਂ ਉਹਨਾਂ ਨੂੰ ਮਿੰਬਰਾਂ ਉੱਤੇ ਤਵੱਜੋ ਤਾਲਾ ਕੇ ਸਟਾ ਜਿਹੜੀ ਜਿੱਥੇ ਚੱਲਦੀ ਹੈ ਮੋਟਾ ਵਾਲੀ ਮੁੱਕਦੀ ਹੈ ਤਵੱਜੋ ਕਰ ਉਸ ਮਿੰਬਰ ਵੇਖਿਆ ਸਲਾਹਉਦੀਨ ਨੇ ਜੁਬੀ ਰੋ ਪੈ ਪਿੱਛੋਂ ਬੀਵੀ ਦੌੜ ਗਿਆ ਉਸੇ ਕਹਿੰਦਾ ਤੇਰਾ ਖੇਨਾ ਬਾਜ਼ੂ ਦੀ ਤਾਕਤ ਚੈੱਕ ਕਰ ਮੈਂ ਤੇਰਾ ਕਹਿੰਦਾ ਕਿ ਘੋੜਿਆਂ ਦੀ ਰਫਤਾਰ ਚੈੱਕ ਕਰੋਂਗਾ ਕਿਉਂ ਪਿਆ ਉਸੇ ਕਹਿੰਦਾ ਸਰਕਾਰ ਦਾ ਮਿੰਬਰ ਤੇ ਮੇਰੇ ਹਿੱਸੇ ਚ ਛੋੜਾ ਨਾ ਕਦੀ ਹਮਨੇ ਤੇਰੇ ਪਿਆਰ ਕਾ ਦਾਮਨ ਕਹਿਤੀ ਰਹੀ ਦੁਨੀਆ ਹਮੇ ਪੱਥਰ ਕਾ ਪੁਜਾਰੀ ਸਾਏ ਕੀ ਤਰ੍ਹਾਂ ਸਾਥ ਰਹਾ ਤੁਮਹਾਰਾ ਤਸੱਵਰ ਤਨਹਾਈ ਵੀ ਹਮਨੇ ਕਦੀ ਤਨਹਾ ਨਾ ਗੁਜ਼ਾਰੀ ਜਦੋਂ ਸਲਾਹਉਦੀਨ ਅਯੂਬੀ ਨੇ ਇਤਨੀ ਗੱਲ ਕੀਤੀ ਤੇ ਬੀਬੀਆਂ ਕਹੇ ਉਹ ਮਿੰਬਰ ਦੀਆਂ ਕਹਿ ਕੇ ਸਲਾਹਉਦੀਨ ਅਯੂਬੀ ਨੂਰ ਦੀ ਜ਼ਮੀਨ ਬੈਠੀ ਕਹਿੰਦੀ ਉਹ ਮਿੰਬਰ ਹੈ ਜਿਹੜਾ ਮਸਜਿਦ ਦੇ ਅਕਸਾ ਚਾਹੀ ਤੇ ਸੁੱਤੇ ਮੇਰੇ ਨਬੀ ਖੁਤਬਾ ਦਿੱਤਾ ਅੰਬੀਆ ਨੂੰ ਈਸਾਈਆਂ ਨੇ ਉਹ ਮਿੰਬਰ ਉਠਾ ਕੇ ਬਾਹਰ ਨਿਕਾਲ ਦਿੱਤਾ ਮੇਰਾ ਬਾਬਾ ਲੈ ਆਈ ਤੇ ਦੁਆ ਕਰਦਾ ਯਾ ਅੱਲਾ ਮੇਰੇ ਪਾਸ ਨੂੰ ਤਾਕਤ ਦੇ ਮੈਂ ਮਿੰਬਰ ਤੁਮਾਰ ਰੱਖਾਂ ਹੁਣ ਤੇਰੀ ਮੇਰੀ ਮੁਲਾਕਾਤ ਤਾਂ ਉਸੇ ਜਦੋਂ ਮਿੰਬਰ ਉੱਥੇ ਉਸੇ ਅਗਲੀ ਮੁਲਾਕਾਤ ਜਦੋਂ ਮਿੰਬਰ ਮਸਜਿਦ ਅਕਸਾ ਦੇ ਵਿੱਚ ਉਸੇ ਅੱਜ ਵੀ ਉਸ ਫਲਸਤੀਨ ਉੱਤੇ ਬਦਬਖਤ ਇਸਰਾਇਲ ਹਮਲੇ ਕਰ ਰਿਹਾ ਅੱਜ ਵੀ ਜ਼ਰੂਰਤ ਦੇ ਸਲਾਮ ਨੂੰ ਸਲਾਹਉਦੀਨ ਦੀ ਅੱਜ ਵੀ ਸਲਾਮ ਨੂੰ ਜ਼ਰੂਰਤ ਹੈ ਮੁਹੰਮਦ ਬਿਨ ਕਾਸਿਮ ਦੀ ਅੱਜ ਵੀ ਜ਼ਰੂਰਤ ਹੈ ਸਲਾਮ ਨੂੰ ਮਹਮੂਦ ਖਸਲਵੀ ਦੀ ਅੱਜ ਵੀ ਜ਼ਰੂਰਤ ਹੈ ਸਲਾਮ ਨੂੰ ਫਾਰੂਕ ਦੇ ਅਜ਼ਮ ਤੇ ਮੌਲਾ ਅਲੀ ਦੇ ਸੱਲੀ ਦਾ ਵੀ ਜਿਨ੍ਹਾਂ ਦਾ ਕੀਤਾ ਹੈ ਤਖਤੇ ਸਿਕੰਦਰੀ ਤੇ ਠੋਕਦੇ ਨਹੀਂ ਉਹ ਬਿਸਤਰ ਲਗਾ ਹੁਆ ਹੈ ਜਿਨ ਕਾ ਡਰੀ ਗਏ ਜਿਨ੍ਹਾਂ ਦਾ ਆਈਡੀਅਲ ਸ਼ਾਇਦ ਅਫਰੀਦੀ ਹੋਵੇ ਉਸ ਕੌਮ ਨੇ ਫਿਰ ਫਲਸਤੀਨ ਫਤਿਹ ਕਰਨਾ ਜਿਨ੍ਹਾਂ ਦਾ ਆਈਡੀਅਲ ਇਹੋ ਜਿਹੇ ਲੋਕ ਹੋਵਣ ਦਾ ਚਾਰ ਲੋਕ ਹੋਵਣ ਓਏ ਆਈਡੀਅਲ ਉਹਨ ਮਣਾ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਮੁਸਤਫਾ ਦਾ ਗੁਲਾਮ ਨਜ਼ਰ ਆਵੇ ਜਿਹੜਾ ਇਸਲਾਮ ਦਾ ਖਾਦਮ ਹੋਵੇ ਤਵੱਜੋ ਚਾਹੁੰਦਾ ਸਿਰ ਤੇ ਮੈਂ ਤਗੜਾ ਜੁਮਲਾ ਸੁਣਿਆ ਆ ਬਾਬੇ ਜੀ ਮੈਂ ਕਹਾਂ ਕਿ ਲਫ਼ਜ਼ ਤੇ ਪੂਰਾ ਖਤਾ ਆਵੇ ਚਲੋ ਦਿਨ ਯੂਬੀਆ ਕੇ ਮੈਂ ਜਾਵਣ ਦੇ ਉਹ ਸੱਜਾ ਕਲਿਆ ਕਲਿਆ ਉਹ ਸੱਜਾ ਤੂੰ ਮੈਨੂੰ ਇਹ ਗੱਲ ਪੁੱਛੀ ਹੈ ਚਲੋ ਦਿਨ ਆ ਜਾ ਉਹ ਸੱਜਾ ਤਾਂ ਉਹ ਸੱਜਾ ਤੂੰ ਮੈਨੂੰ ਪੁੱਛਿਆ ਤੇਰੇ ਘੋੜਿਆਂ ਤਾਕਤ ਹੈ ਮੈਂ ਕਿਹਾ ਹੈ ਤੂੰ ਅੱਗੇ ਮੇਰੇ ਪਾਸ ਤੂੰ ਤੇਰੇ ਤਾਕਤ ਹੈ ਮੈਂ ਕਿਹਾ ਹੈ ਉਹ ਸੱਜਾ ਮੋੜ ਸੁਣ ਲੈ ਤੇ ਉਹ ਔਰਤ ਤੇ ਤੂੰ ਮੇਰਾ ਮੁਕਾਬਲਾ ਕਰ ਸਕਦੀ ਹੈ ਉਹ ਸੱਜਾ ਜਿਸ ਨੂਰੋਦੀਨ ਜ਼ੰਗੀ ਤੇ ਨੇ ਪਾਲਿਆ ਮੈਂ ਉਸ ਨੂਰੋਦੀਨ ਜ਼ੰਗੀ ਦੀ ਧੀ ਹਾਂ ਤੇਰੇ ਮੇਦੇ ਵਿੱਚ ਉਹਦੇ ਲੁਕਮੇ ਨੇ ਤੇ ਮੇਰੀਆਂ ਰਗਾਂ 'ਚ ਉਹਦਾ ਖੂਨ ਹੈ ਉਹ ਸੱਜਾ ਤੇਰੀ ਮੇਰੀ ਕਮਿਟਮੈਂਟ ਹੋ ਗਈ ਨੂਰੋਦੀਨ ਜ਼ੰਗੀ ਦੀ ਬੇਟੀ ਮਹਿਰੂ ਨੂੰ ਸਾਹ ਕਰ ਜੇ ਜਿੱਥੇ ਮੇਰਾ ਘੋੜਾ ਥੱਕ ਜਾਵੇ ਤੂੰ ਮੇਰਾ ਇੰਤਜ਼ਾਰ ਕੋਈ ਨਾ ਕਰੇ ਮੈਂ ਪਹੁੰਚ ਕੇ ਤੇ ਠੀਕ ਹੈ ਵਰਨਾ ਵਾਪਸ ਉਹਦੇ ਕਹਿੰਦਾ ਠੀਕ ਹੈ ਵਾਅਦਾ ਹੋ ਗਿਆ ਤਵੱਜੋ ਜ਼ਿਆਦਾ ਜਦੋਂ ਵਾਅਦਾ ਹੋ ਗਿਆ ਤਾਂ ਨੂਰੋਦੀਨ ਜ਼ੰਗੀ ਦੀ ਬੇਟੀ ਨੇ ਸਵਾਰੀ ਤਿਆਰ ਕਰਵਾਈ ਕਾਜੀ ਸਾਹਿਬ ਜੀ ਸਲਾਹਉਦੀਨ ਦੀ ਸਵਾਰੀ ਵੀ ਦੌੜੀ ਖਾਸ ਬਿਆਨ ਹੋ ਰਿਹਾ ਤੇ ਖਾਸ ਬੰਦੇ ਸੁਣ ਸਕਣ ਖਾਸਾਂ ਵਾਸਤੇ ਖਾਸ ਗੱਲ ਕਰਨ ਲੱਗਾ ਸਵਾਰੀਆਂ ਦੌੜ ਪਈਆਂ ਜਦੋਂ ਮੁਜਾਹਿਦਾਂ ਦੇ ਕੋਲ ਹੋ ਸਕੇ ਸਲੇਮੀ ਤੇ ਤੁਹਾਨੂੰ ਬੰਦ ਕਰੋ ਇੱਕ ਵਾਰੀ ਅੱਜ ਫਤਿਹ ਕਰ ਰਿਹਾ ਉਹ ਮੋੜ ਉਸ ਨੂਰੋਦੀਨ ਜ਼ੰਗੀ ਦੀ ਬੇਟੀ ਹੱਥ ਪਕੜ ਲਿਆ ਉਹਦੇ ਕਹਿੰਦੇ ਜੀ ਗੱਲ ਵੀ ਮੇਰੀ ਸੁਣ ਫਤਿਹ ਆਮ ਦਿਨ ਵਿੱਚ ਨਹੀਂ ਕਰਨਾ ਕਿਹੜਾ ਦਿਨ ਹੋਵੇ ਉਹਨੇ ਕਹਿੰਦਾ 26 ਦਾ ਦਿਨ ਹੋਵੇ 27 ਦੀ ਰਾਤ ਹੋਵੇ ਰਾਤ ਮਹਿਰਾਜ ਦੀ ਹੋਵੇ ਰਾਤ ਹਜ਼ੂਰ ਦੀ ਅਮੀਨਾ ਆ ਗਿਆ ਰਜਬ ਦਾ ਤੂੰ ਰਾਤ ਮਹਿਰਾਜ ਦੀ ਹੋਵੇ ਫਿਰ ਕਾਜੀ ਸਾਹਿਬ ਅਗਲਾ ਜੁਮਲਾ ਸੁਣ ਸਕਿਆ ਵੀ ਬਾਤ ਆ ਗਿਆ ਹੁਣ ਨੂਰੋਦੀਨ ਜ਼ੰਗੀ ਤਵੱਜੋ ਚਾਹੁੰਦਾ ਦੀ ਬੇਟੀ ਤੇ ਸਲਾਹਉਦੀਨ ਅਯੂਬੀ ਫੌਜ ਤੇ ਜਾਰ ਕਰਕੇ ਜਦੋਂ ਕੀਤਾ ਮੈਂ ਈਸਾਈਆਂ ਦਾ ਹਮਲਾ ਈਸਾਈਆਂ ਨੂੰ ਮਾਰਨਾ ਸ਼ੁਰੂ ਕਰ ਜਦੋਂ ਈਸਾਈਆਂ ਦੀ ਕਤਲੋ ਗਾਰਤ ਹੋਈ ਉਹਨਾਂ ਹਥਿਆਰ ਛੱਡ ਦਿੱਤੇ ਸਲਾਹਉਦੀਨ ਅਯੂਬੀ ਇੱਕ ਨੂੰ ਸੱਦਾ ਆਈ ਕਹਿੰਦਾ ਤੂੰ ਕੀ ਕੀਤਾ ਉਹ ਕਹਿੰਦਾ ਮੈਂ ਇਤਨੀਆਂ ਔਰਤਾਂ ਨੂੰ ਕਤਲ ਕੀਤਾ ਹੈ ਸਲਾਹਉਦੀਨ ਦੇ ਜਿਨ ਮਾਫ਼ ਕੀਤਾ ਤੂੰ ਕਿਤਨੇ ਨੂੰ ਕਤਲ ਕੀਤਾ ਉਹ ਕਹਿੰਦਾ ਮੈਂ 50 ਨੂੰ ਕਤਲ ਕੀਤਾ ਸਲਾਹਉਦੀਨ ਦੇ ਜਾਂ ਦੇ ਮਾਫ਼ ਕੀਏ ਨੂਰੋਦੀਨ ਜ਼ੰਗੀ ਦੀ ਬੇਟੀ ਤੋਂ ਸਾਰੇ ਮਾਫ਼ ਕਿਉਂ ਕਿਉਂ ਕਰਦਾ ਹੈ ਉਹ ਸਕਿਆ ਤੂੰ ਵੇਖ ਰਹੀ ਨਾ ਕੀਤਾ ਸੀ ਮੈਨੂੰ ਪਤਾ ਮੱਕਾ ਯਾਦ ਆ ਗਿਆ ਸੁਭਾਨ ਅੱਲਾਹ ਸੁਭਾਨ ਅੱਲਾਹ ਹਾਏ 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 ਮੈਨੂੰ ਪਤਾ ਮੱਕਾ ਯਾਦ ਆ ਗਿਆ ਮੇਰੇ ਆਕਾ ਕਿਨੇ ਮਾਫੀ ਦਾ ਮਿਲਾਰ ਕੀਤਾ ਸਾਰਿਆਂ ਨੂੰ ਮਾਰਿਆ ਲੇਕਿਨ ਇੱਕ ਬੰਦਾ ਬੋਲੇ ਜਾਂ ਸਾਰੇ ਚੁੱਪ ਕਰ ਦੋ ਜਦੋਂ ਸਾਰੇ ਰਾਤ ਕਰਦੇ ਇੱਕ ਨੂੰ ਬੁਲਾਇਆ ਉਹਨਾਂ ਕਹਿੰਦਾ ਤੇਰਾ ਸਿਰ ਜ਼ਰੂਰ ਲੈਣਾ ਉਹਨੇ ਕਹਿੰਦਾ ਬਾਕੀ ਨੂੰ ਮਾਫ਼ ਕਰ ਚੜਿਆ ਮੇਰਾ ਸਿਰ ਕਿਉਂ ਲੈਣਾ
ਸਲਾਉਦੀਨ ਅਜਾ ਤੇਰੇ ਬਾਰੇ ਮੈਂ ਸੁਣਿਆ ਕਿ ਤੂੰ ਮੇਰੇ ਰਸੂਲ ਦੀ ਤੋਹੀਨ ਕਰਦਾ ਹੈ ਤੇ ਮੇਰੇ ਨਬੀ ਦਾ ਦੁਸ਼ਮਣ ਫਿਰ ਜ਼ਿੰਦਾ ਰਹੇ ਨਬੀ ਦੀ ਸ਼ਾਨ ਮੇਂ ਇਜ਼ਾਫਾ ਮੈਂ ਨਹੀਂ ਕਰਦਾ ਪਰ ਤੇਰੇ ਗੁਸਤਾਖ ਸੇ ਲੇਕਰ ਮੁਸਾਫਾ ਮੈਂ ਨਹੀਂ ਕਰਦਾ ਉਹਨੇ ਕਿ ਤੂੰ ਸਰਕਾਰ ਤੋਂ ਦੁਸ਼ਮਣ ਤਲਵਾਰ ਮਾਰੀ ਕਤਲ ਕਰ ਦਿੱਤਾ ਤੇ ਸਲਾਉਦੀਨ ਅਯੂਬੀ ਨੇ ਕਿ ਹੁਣ ਮਿੰਬਰ ਲੈ ਆਓ ਰਾਤ ਕਰੀਏ ਛੱਪੀ ਉਸਤਾਦੀ ਦੀ ਦਰਮਿਆਨੀ ਰਾਤ ਕਾਲੀ ਸਾਹਿਬ ਤਾਰੀਖ ਤੇ ਮੈਂ ਉਹ ਅਜ਼ੀਮ ਸਫਾਤ ਪੇਸ਼ ਕਰ ਰਿਹਾ ਜਿਹੜੇ ਸੁਣਨ ਵਾਲੇ ਬੰਦੇ ਵੀ ਤੁਰ ਗਏ ਤੇ ਕਹਿਣ ਵਾਲੇ ਬੰਦੇ ਵੀ ਹੁਣ ਤੁਰ ਗਏ ਸਿਰ ਚ ਮੈਂ ਸਲਾਹਉਦੀਨ ਅਯੂਬੀ ਨੇ ਮਿੰਬਰ ਆਪਣੇ ਸਿਰ ਦੇ ਉੱਤੇ ਰੱਖਿਆ ਛੱਪੀ ਤੇ ਸਲਾਮੀ ਦੀ ਦਰਮਿਆਨੀ ਰਾਤ ਦੋ ਸੁਣਾਉਣ ਵਾਲੇ ਪੂਰੀ ਤਕਰੀਰ ਯਾਦ ਕਰ ਲਓ ਆਪਣੇ ਹਿਫਤ ਕਰ ਲਓ ਇੰਜ ਮੈਂ ਤੁਹਾਨੂੰ ਤਕਰੀਰ ਕਰ ਰਿਹਾ ਜਾ ਕੇ ਮਿੰਬਰ ਰੱਖਿਆ ਦੋ ਸ਼ੁਕਰਾਨੇ ਦੇ ਨਫਰ ਪੜੇ ਪਹਿਲਾ ਜੁਮਲਾ ਸੁਣਿਆ ਸਲਾਹਉਦੀਨ ਅਯੂਬੀ ਦਾ ਕਹਿੰਦਾ ਸਰਕਾਰ ਤੁਹਾਡੀ ਮਹਿਰਾਜ ਤਾਂ ਸਦਕਾ ਗੁਲਾਮ ਦੀ ਵੀ ਮਹਿਰਾਜ ਹੋ ਗਈ ਤੁਹਾਡੀ ਮਹਿਰਾਜ ਦਾ ਸਦਕਾ ਅੱਜ ਗੁਲਾਮ ਦੀ ਵੀ ਮਹਿਰਾਜ ਆ ਗਈ ਜਦੋਂ ਬਾਹਰ ਨਿਕਲਿਆ ਤੇ ਨੂਰੁਦੀਨ ਜੱਗੀ ਦੀ ਬੇਟੀ ਰੋਂਦੀ ਪਈ ਹੈ ਅੱਜ ਮੇਰੀ ਦੋਤਾ ਮਹਿਰੂ ਦੀ ਸਾਰ ਰੋਂਦੀ ਕਿਉਂ ਪਈ ਹੈ ਉਹ ਤਾਂ ਕਹਿੰਦੇ ਤੇਰੀ ਇੱਕ ਗੱਲ ਦੀ ਸਮਝ ਹੋਣ ਆਈ ਹੈ ਤੇਰੀ ਇੱਕ ਗੱਲ ਦੀ ਸਮਝ ਮੈਨੂੰ ਹੋਣ ਆਈ ਹੈ ਕਾਲੀ ਸਾਹਿਬ ਤਵੱਜੋ ਰੱਖਿਆ ਉਹ ਤਾਂ ਕਹਿੰਦੇ ਕਿਹੜੀ ਗੱਲ ਦੀ ਸਮਝ ਹੋਣ ਆਈ ਹੈ ਉਸ ਬੰਦੇ ਮੈਂ ਸਲਾਮ ਕਰਦਾ ਜਿਸ ਪਿਛਲੀ ਪੂਰੀ ਤਕਰੀਰ ਯਾਦ ਰੱਖੀ ਉਹ ਤਾਂ ਕਹਿੰਦਾ ਤੂੰ ਮੇਰੀ ਮਾਂ ਨੂੰ ਆਖਿਆ ਹੈ ਕਿ ਕਦੀ ਰੇਸ਼ਮ ਚ ਵੀ ਟਾਟ ਲੱਗੇ ਨੇ ਇਹ ਗੱਲ ਤੂੰ ਕਿੱਥੇ ਹੋ ਸਕੇ ਆ ਮੈਂ ਦਿੱਲੀ ਤੁਹਾਡੀ ਤੇ ਕਿੱਥੇ ਆਈ ਤੁਹਾਡੇ ਮਹਾਲ ਦੀ ਚੌਕੜ ਤੇ ਉਹ ਤਾਂ ਕਿ ਇਸ ਜੁਮਰੇ ਦੀ ਆਦ ਸਮਝ ਆਈ ਹੈ ਰੇਸ਼ਮ ਤੂੰ ਹੈ ਟਾਟ ਮੈਂ ਆ ਸੁਭਾਨ ਅੱਲਾਹ ਤਵੱਜੋ ਕਰਦਾ ਰੇਸ਼ਮ ਤੂੰ ਹੈ ਟਾਟ ਮੈਂ ਆ ਸਲਾਉਦੀਨ ਅਯੂਬੀ ਕਹਿੰਦਾ ਮੈਨੂੰ ਸੋਚਾ ਮੈਨੂੰ ਨਿਸ਼ਾ ਮੈਂ ਸਮਝ ਲੱਗ ਰਹੀ ਤੂੰ ਆਕਾ ਸਾਦੀ ਕੀ ਬੇਟੀ ਤੂੰ ਨੂਰੁਦੀਨ ਸੰਗੀ ਕੀ ਬੇਟੀ ਇਤਨੀ ਬੜੀ ਸਲਤਨਤ ਕੀ ਮਲਕਾ ਸੋਨਾ ਚਾਂਦੀ ਤੇਰੇ ਦਰਵਾਜ਼ੇ ਪੇ ਖੇਲਦਾ ਹੈ ਬੜੀ ਬੜੀ ਕਲੇਸੀ ਤੇਰੀ ਨੌਕਰੀ ਕਰਦੀ ਹੈ ਮੈਂ ਕਹਾਂ ਗੁਲਾਮ ਕਾ ਬੇਟਾ ਫਟਾ ਪੁਰਾਣਾ ਲਿਬਾਸ ਇੱਕ ਤਲਵਾਰ ਇੱਕ ਘੋੜਾ ਇੱਕ ਨੈਸਾ ਇਸ ਕੇ ਇਲਾਵਾ ਮੇਰਾ ਕੋਈ ਅਹਿਸਾਸ ਨਹੀਂ ਕੈਸੇ ਤੂੰ ਟਾਟ ਬਣ ਗਈ ਮੇਰੇ ਸਮਝ ਗਿਆ ਅਰੇ ਰਸਾਦੀ ਚੁੱਪ ਕਰ ਜਾ ਨਾ ਮਾਂ ਸੇ ਕਦਰ ਹੁੰਦੀ ਹੈ ਨਾ ਬਾਲ ਸੇ ਕਦਰ ਹੁੰਦੀ ਹੈ ਨਾ ਸੋਨਾ ਚਾਂਦੀ ਸੇ ਕਦਰ ਹੁੰਦੀ ਹੈ ਕਦਰ ਕੈਸੇ ਹੁੰਦੀ ਹੈ ਜਿਸ ਦਾ ਕਦਰ ਮੁਹੰਮਦ ਦੀ ਗੁਲਾਮੀ ਸ਼ਾਨੀ ਹੈ ਕਦਰ ਮੁਸਤਫਾ ਦੀ ਨੌਕਰੀ ਸ਼ਾਨੀ ਹੈ ਕਦਰ ਮੁਸਤਫਾ ਦੀ ਕਦਰ ਕੋਈ ਤੋਂ ਹੁੰਦੀ ਹੈ ਤੇਰੇ ਦਿਲ ਵਿੱਚ ਕਰਸ਼ਾ ਤੁਮੇ ਕੀ ਮਾਲੂਮ ਜਿਸ ਦੀ ਹਕੀਕਤ ਕੀ ਹੈ ਦੋਸਤੀ ਕੀ ਹੈ ਹਕੀਕਤ ਕੀ ਹੈ ਵਫਾ ਕੀ ਹੈ ਤੁਮ ਨਾ ਸਮਝੋਗੇ ਮੁਹੱਬਤ ਦੀ ਸ਼ਰੀਕਤ ਕੀ ਹੈ ਤੂਨੇ ਦੇਖਾ ਹੀ ਨਹੀਂ ਚਲਦੇ ਹੋਏ ਪਹਿਲਵਾਨੋ ਕੋ ਜਬ ਤੱਕ ਬਿਕੇ ਨਾ ਥੇ ਕੋਈ ਪੁੱਛਦਾ ਨਾ ਥਾ ਆਕਾ ਤੂਨੇ ਖਰੀਦ ਕਰ ਅਨਮੋਲ ਕਰ ਲਿਆ ਜਾਗਦੇ ਤੱਕ ਸੁਭਾਨ ਅੱਲਾਹ ਉੱਠਦੇ ਤੱਕ ਸੁਭਾਨ ਅੱਲਾਹ ਸਵਾਲ ਕਰ ਰਹੇ ਤਫਸੀਰ ਵਾਲਮਾਨ ਦੀ ਪੜਿਆ ਇਹ ਅਬੂਆ ਕਹਿੰਦਾ ਰਾਬੇ ਬਦਰੀ ਇਹ ਘਰ ਕਿੰਦਾ ਹੈ ਉਹਨਾਂ ਕਹਿੰਦਾ ਪਰ ਤੇਰਾ ਘਰ ਹੈ ਪਰ ਮੈਂ ਮੇਰੇ ਨਬੀ ਦੀ ਹੁਕਮ ਹੈ ਜਦੋਂ ਕਿਸੇ ਦੇ ਘਰ ਜਾ ਉਹਨੂੰ ਖੜਕਾਓ ਤੂੰ ਸਭੂਆ ਖੜਕਾਏ ਫਰਿਸ਼ਤਿਆ ਕਹਿ ਸਕਦਾ ਤੂੰ ਉਹ ਖੜਕਾਓ ਤੇ ਕਹਿੰਦੀ ਭੈਣ ਤੇ ਉਹ ਖੜਕਾਓ ਇਹਨੇ ਉਸ ਕਲੰਦਰ ਨੇ ਆਪ ਉੱਤੇ ਮੈਂ ਦੋ ਜਮਾ ਵੀ ਪੜਾ ਇਧਰ ਤੇ ਰਾਬੇ ਬਸਰੀ ਦੁਬਾਰਾ ਕਰੋ ਅੰਦਰ ਆ ਜਾ ਵੀ ਰਾਬੇ ਕਿ ਆ ਜਾਓ ਕਾਰੀ ਸਾਹਿਬ ਲਾਭ ਸੁਣੇ ਰਾਬੇ ਅੰਦਰ ਪੈਂਦੇ ਰਹੋ ਜਦੋਂ ਆਏ ਨਾ ਫਰਿਸ਼ਤੇ ਰਾਬੇ ਪੁੱਛ ਅੱਜ ਹੁਣ ਪੁੱਛੋ ਉਹਨਾਂ ਕਹਿ ਮਾਰ ਰੱਬਾ ਕਿਆ ਤੇਰਾ ਰੱਬ ਕੌਣ ਰਾਬੇ ਕਹਿ ਆਏ ਕਿਦੂ ਉਹ ਉਹਨਾਂ ਕਹਿੰਦੀ ਸੱਤਾ ਸਮਾਨਾ ਦੇ ਉਤਰਾ ਤਰਾ ਫੇ ਜੰਨਾ ਦੇ ਸਿਦਰਾ ਉੱਥੋਂ ਆਇਆ ਅੱਛਾ ਰਾਬੇ ਕਹਿ ਅੱਛਾ ਇਤਨਾ ਦੂਰ ਤੂੰ ਥੱਲੇ ਆਇਓ ਉਹਨਾਂ ਕਹਿੰਦੀ ਵੇ ਤੂੰ ਫਰ ਰੱਬ ਯਾਦ ਹੈ ਉਹਨਾਂ ਕਹਿ ਯਾਦ ਹੈ ਪਰ ਮੈਂ ਮੋੜ ਅਜੀਬ ਗੱਲ ਤੁਸੀਂ ਉੱਪਰ ਤੂੰ ਇਤਨਾ ਥੱਲੇ ਆਓ ਪਰ ਰੱਬ ਯਾਦ ਰਵੇ ਤੇ ਮੈਂ ਦੋ ਗਜ਼ ਥੱਲੇ ਜਾਵਾਂ ਤੇਰਾ ਬੋਲ ਦੱਸਾਂ ਆਹ ਸਮਾਦੀ ਕੋਰੀ ਹੈ ਮੈਂ ਕੀ ਜਾ ਰਿਹਾ ਹਾਂ ਜਾਗਦੇ ਤੇ ਕਹਿ ਸੁਭਾਨ ਅੱਲਾਹ ਮੈਨੂੰ ਛੱਡੋ ਰੱਬ ਤੂੰ ਪੁੱਛੋ ਰੱਬ ਕਹਿ ਦਿੱਤਾ ਮੇਰਾ ਬੰਦਾ ਹੈ
ਗੋੜ ਮੈਂ ਹੁੰਦਾ ਬੰਦਾ ਹਾਂ ਮੇਰੇ ਜਵਾਬ ਦਾ ਫਾਇਦਾ ਹੀ ਕੋਈ ਪਰ ਰੱਬ ਤੋਂ ਪੁੱਛੋ ਤੇ ਇੱਕ ਆਦਮੀ ਮਰਨ ਮੌਤ ਦਾ ਚਰਬ ਵੀ ਥਾਂ ਨਹੀਂ ਲਿਖਿਆ ਉਹਦੇ ਤੋਂ ਫੌਤ ਹੋਇਆ ਨਾ ਤਾਂ ਫਰਿਸ਼ਤਾ ਪੁੱਛਿਆ ਮਾਂ ਰੱਬੋ ਕਾ ਮਾਂ ਨੀਨੋ ਕਾ ਮਾਂ ਕੁੰਤਾ ਤਾਂ ਗੁਰੂ ਫੇਕਿਆ ਦਰੋਸਾ ਕਿ ਮੈਂ ਜ਼ਿੰਦਗੀ ਇੱਕੋ ਕੰਮ ਕੀਤਾ ਕੀ ਕੰਮ ਕੀਤਾ ਉਹ ਸਕੇ ਜਦੋਂ ਬਾਜ ਦੀ ਗੁਸਤਾਮੀ ਉਹਨੂੰ ਕਰਦੇ ਹਾਂ ਮਾਂ ਮੈਂ ਕੋਟ ਚਾ ਕੇ ਖੋਤਾ ਨਾ ਕਰ ਅੱਲਾ ਫਰਮਾਇਆ ਚਾ ਤੇ ਨਿਸਬਤ ਵਲੀ ਦਾ ਸਦਕਾ ਮੈਂ ਤੇ ਅੱਲਾ ਤਤਾ ਕਰ ਤੇ ਦੀਏ ਸੱਚ ਤੋਂ ਸਵਾਲ ਛੋੜ ਦਿਓ ਹਮੇਸ਼ਾ ਇਨਸਾਨ ਅਜ਼ੀਮ ਨਹੀਂ ਹੁੰਦਾ ਨਿਸਬਤ ਇਨਸਾਨ ਨੂੰ ਅਜ਼ੀਮ ਕਰ ਸਕਦੀ ਅੱਛਿਆਂ ਦੇ ਨਾਲ ਦੋਸਤੀ ਰੱਖੋ ਤੁਹਾਡਾ ਹਲਕਾ ਅਹਬਾਬ ਤੋਂ ਪਹਿਚਾਣ ਹੁੰਦੀ ਹੈ ਕਿ ਤੁਸੀਂ ਕਿਸ ਸ਼ਖਸੀਅਤ ਦੇ ਮਾਲਿਕ ਹੋ ਅੱਲਾ ਤਾਲੀ ਦਾ ਫਰਮਾਨ ਹੈ ਨਾ ਅੱਲਾ ਤਾਲੀ ਫਰਮਾਉਂਦੇ ਨੇ ਕਿ ਜਿਹੜਾ ਮਰਦ ਹੁੰਦਾ ਉਹਦੀ ਪਹਿਲੀ ਨਜ਼ਰ ਵਿੱਚ ਉਹਦਾ ਕਿਰਦਾਰ ਛੁਪਿਆ ਹੁੰਦਾ ਹੈ ਅੱਲਾ ਔਰਤ ਨੂੰ ਦੱਸ ਚੜਦਾ ਹੈ ਮਰਦ ਬਿਨਾ ਬਣੇ ਨਾ ਹੈ ਕਿ ਦੋਸਤ ਬਣੇ ਨਾ ਹੈ ਮਰਦ ਦੀ ਪਹਿਲੀ ਨਜ਼ਰ ਵਿੱਚ ਉਹਦਾ ਕਿਰਦਾਰ ਛੁਪਿਆ ਹੁੰਦਾ ਹੈ ਕਿਸੇ ਦੀ ਇੱਜ਼ਤ ਦੀ ਅੱਜ ਹਿਫਾਜ਼ਤ ਕਰਸੋ ਕੱਲ ਖਾਲਿਕ ਤੁਹਾਡੀਆਂ ਇੱਜ਼ਤਾਂ ਦੀ ਹਿਫਾਜ਼ਤ ਵੀ ਕਰਸੇ ਕਿਸੇ ਦੀ ਬੇਟੀ ਨੂੰ ਬੇਟੀ ਸਮਝੋ ਕੱਲ ਨੂੰ ਤੁਹਾਡੀ ਬੇਟੀ ਨੂੰ ਬੇਟੀ ਸਮਝੇ ਕਿਸੇ ਦੀ ਭੈਣ ਨੂੰ ਭੈਣ ਸਮਝੋ ਤੇ ਕੋਈ ਤੁਹਾਡੀ ਭੈਣ ਨੂੰ ਵੀ ਭੈਣ ਸਮਝੇ ਕਿਸੇ ਦੀ ਮਾਂ ਨੂੰ ਆਪਣੀ ਮਾਂ ਸਮਝੋ ਕੱਲ ਨੂੰ ਤੁਹਾਡੀ ਮਾਂ ਨੂੰ ਵੀ ਕੋਈ ਮਾਂ ਸਮਝੇ ਹਜ਼ਰਤ ਅਲੀ ਹਜ਼ਰਤ ਇਮਾਮ ਹੁਸੈਨ ਕਰਬਲਾ ਸਫ਼ਰ ਕਰ ਰਿਹਾ ਇੱਕ ਈਸਾਈ ਔਰਤ ਹਜ਼ਰਤ ਇਮਾਮ ਹੁਸੈਨ ਨੂੰ ਮੁਖਾਤਬ ਕੀਤਾ ਫਰਮਾਇਆ ਮਾਂ ਜੀ ਦੱਸੋ ਉਹ ਤਾਂ ਕਹਿੰਦੇ ਈਸਾਈ ਔਰਤ ਆ ਤੂੰ ਫਾਤਿਮਾ ਦਾ ਬੇਟਾ ਹੈ ਮੇਰੀ ਮਾਂ ਕਿਉਂ ਕਿਹਾ ਹੈ ਹੁਸੈਨ ਬਾਦਸ਼ਾਹ ਫਰਮਾਇਆ ਮੇਰੀ ਮਾਂ ਨੇ ਸਿਖਾਇਆ ਬੁੜੀ ਮਾਂ ਹੀ ਹੁੰਦੀ ਹੈ محمد عمران صاحب کی قبر میرا مالک کرو رحمت رسول فرمائے یا زندہ صبح پاک